The Kruger Big Assist is a program that designed to help more Canadian kids get back on the ice through funding at minor hockey association level. पिछले साल ये प्रोग्राम बहुत सारे लोगों के लिए सहायता कर चुके हैं। ज्यों ज्यों फिर मेरे हॉकी नाल प्यार जो बढ़ता गया ते मैं आप चाहता सी भी मैं हॉकी की कमेंट्री करा ते एक ना एक दिन इस पद्धर तक पहुंच सका। ये बहुत ही शलाघा जो प्रोग्राम है क्योंकि जेडे लोड़वंद परिवार हैगे है तुसी भी जिक्र किया पैनडेमिक दे कारण कई जाने दियां जापां छुट गईयां जां मतलब उन्हां नूं पैसों पक्षों औखा ही जां औखा समा आ रहा है जिन्हां दा सुपना है भी मैं भी खेडना है पर उन्हां नूं फाइनैंशियल तौर पर सहायता की लोड़ है। इन्हां ने इस तरह प्रोग्राम उलीकिया कि $1.5 लाख ये दान किया पिछले साल ते ऐसे भी करेंगे। जो फंड दिए गए हैं निरपक्ष ते निरपक्ष तरीके नाल है कि ये डिस्प्रेस्ड ते फेयर अनबाइज्ड वे दे नाल वंडे गए सी। जदों उत्थे $10,000 दिता जांदा है वो माइनर हॉकी एसोसिएशन नूं भी सबूत देना पैंदा है। At Kruger, we understand the power of assists. We wondered if kids do too. An assist is... You pass the puck to a player who then scores a goal. And it's also kind of like helping people. It's sort of like a sacrifice. It feels good. You want to do it again and again to be better in the world. When our families and communities need it, the Kruger Big Assist helps keep our kids on the ice. You can't have hockey without assists. Nominate your hockey association at KrugerBigAssist.ca. ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਅੱਜ ਕੱਲ੍ਹ ਬਾਤ ਕਰਾਂਗੇ ਇੱਕ ਖਾਸ ਬ੍ਰਾਂਡ ਦੇ ਬਾਰੇ ਤੇ ਉਸ ਦੁਆਰਾ ਚਲਾਏ ਜਾਂਦੇ ਪ੍ਰੋਗਰਾਮ ਦੇ ਬਾਰੇ। The global pandemic has made difficult to everything, especially more difficult than ever for hockey to be played, especially grassroots ਦੇ। ਜਿਵੇਂ ਕਿ ਸਾਡੀ ਹੁਣ ਦੁਨੀਆ COVID-19 ਦੀ ਕਹਾਣੀ ਨਾਲ ਇੱਕ ਤਰ੍ਹਾਂ ਨਾਲ ਜੁੜ ਗਈ ਹੈ ਤੇ ਮੈਨੀ ਕੈਨੇਡੀਅਨ ਫੈਮਿਲੀਜ਼ ਵਿਲ ਨਾਟ ਹੈਵ ਦ ਫਾਈਨੈਂਸ਼ੀਅਲ ਮੀਨਸ ਟੂ ਇਨਰੋਲ ਦੇਅਰ ਕਿਡਸ ਇਨ ਹਾਕੀ ਨੈਕਸਟ ਸੀਜ਼ਨ। ਜਸਟ ਲਾਈਕ ਕਰੂਗਰ ਪ੍ਰੋਡਕਟਸ ਲਗਾਤਾਰ ਹੈਲਪ ਕਰ ਰਹੇ ਹੈ। ਲਾਸਟ ਈਅਰ ਦ ਕਰੂਗਰ ਬਿਗ ਅਸਿਸਟ ਹੈਲਪਡ ਮੈਨੀ ਲੋਕਲ ਹਾਕੀ ਐਸੋਸੀਏਸ਼ਨ। ਕਰੂਗਰ ਇਹ ਯਕੀਨੀ ਬਣਾਉਂਦੇ ਆ ਕਿ ਕਿਸੇ ਵੀ ਕੈਨੇਡੀਅਨ ਬੱਚੇ ਦੇ ਹਾਕੀ ਦੇ ਸੁਪਨੇ ਅਧੂਰੇ ਨਾ ਹੋਣ ਤੇ ਉਹ ਇੱਕ ਵੀ ਸੀਜ਼ਨ ਮਿਸ ਨਾ ਕਰਨ। ਇਸ ਲਈ ਕਰੂਗਰ ਬਿਗ ਅਸਿਸਟ ਦੂਜੇ ਸਾਲ ਲਈ ਵੀ ਵਾਪਸ ਆ ਗਿਆ ਜੀ। ਬਿਲਕੁਲ, ਕਰੂਗਰ ਹੁਣ ਇੱਕ ਵਾਰੀ ਫਿਰ ਤੋਂ ਵਾਪਸ ਆ ਗਿਆ। ਕਿਹੜੀਆਂ ਕਿਹੜੀਆਂ ਸਰਵਿਸਿਜ਼ ਦਿੱਤੀਆਂ ਜਾਣਗੀਆਂ ਇਸ ਬਾਰੇ ਗੱਲ ਕਰਾਂਗੇ ਤੇ ਕਰੂਗਰ ਪ੍ਰੋਡਕਟ ਦੇ ਬਾਰੇ ਗੱਲ ਕਰਨੀ ਹੋਵੇ। ਦ ਮੇਕਰ ਆਫ ਬ੍ਰਾਂਡਸ ਲਾਈਕ ਸਕੋਟਿਸ, ਕੈਸ਼ਮੀਰ, ਸਪੌਂਜ ਟਾਵਲਸ ਲਾਂਚ ਦ ਕਰੂਗਰ ਬਿਗ ਅਸਿਸਟ ਪ੍ਰੋਗਰਾਮ। ਦ ਕਰੂਗਰ ਬਿਗ ਅਸਿਸਟ ਇਜ਼ ਅ ਪ੍ਰੋਗਰਾਮ ਦੈਟ ਡਿਜ਼ਾਈਨ ਟੂ ਹੈਲਪ ਮੋਰ ਕੈਨੇਡੀਅਨ ਕਿਡਸ ਗੈਟ ਬੈਕ ਔਨ ਦ ਆਈਸ ਥਰੋ ਫੰਡਿੰਗ ਐਟ ਮਾਈਨਰ ਹਾਕੀ ਐਸੋਸੀਏਸ਼ਨ ਲੈਵਲ। ਪਰ ਕਿਵੇਂ, ਕਿਸ ਤਰ੍ਹਾਂ ਦੇ ਨਾਲ ਇਹ ਜਾਣਾਂਗੇ, ਕਿਉਂਕਿ ਪਿਛਲੇ ਸਾਲ ਇਹ ਪ੍ਰੋਗਰਾਮ ਬਹੁਤ ਸਾਰੇ ਲੋਕਾਂ ਦੇ ਲਈ ਸਹਾਇਤਾ ਕਰ ਚੁੱਕਿਆ। ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਰਿਹਾ, ਕਿੰਨੇ ਬੱਚਿਆਂ, ਕਿੰਨੇ ਪਰਿਵਾਰਾਂ, ਕਿੰਨੀਆਂ ਐਸੋਸੀਏਸ਼ਨਸ ਦੀ ਇਸ ਪ੍ਰੋਗਰਾਮ ਜ਼ਰੀਏ ਮਦਦ ਹੋਈ ਹੈ, ਇਹ ਜਾਣਨ ਦੇ ਲਈ ਅੱਜ ਅਸੀਂ ਗੱਲ ਕਰਾਂਗੇ ਆਈਸ ਸਿੰਘ ਦੇ ਨਾਲ। ਜੀ ਹਾਂ, ਬਿਲਕੁਲ, ਅਸੀਂ ਪਿਛਲੀ ਵਾਰ ਵੀ ਉਹਨਾਂ ਦੇ ਨਾਲ ਗੱਲ ਕੀਤੀ ਸੀ। ਮੈਂ ਗੱਲ ਕਰ ਰਹੀ ਹਾਂ ਹਰਨਾਰਾਇਣ ਸਿੰਘ ਦੀ। ਹਰਨਾਰਾਇਣ ਸਿੰਘ ਇਜ਼ ਅ ਕੈਨੇਡੀਅਨ ਸਪੋਰਟਸ ਅਨਾਊਂਸਰ ਹੂ ਹੋਸਟ ਦ ਪੰਜਾਬੀ ਲੈਂਗੁਏਜ ਬ੍ਰੋਡਕਾਸਟ ਆਫ ਹਾਕੀ ਨਾਈਟ ਇਨ ਕੈਨੇਡਾ। ਉਹ ਪਹਿਲੀ ਵਿਅਕਤੀ ਸੀ ਜਿਨ੍ਹਾਂ ਨੇ ਟੈਲੀਵਿਜ਼ਨ ਦੇ ਲਈ ਪੰਜਾਬੀ ਵਿੱਚ NHL ਗੇਮ ਅਨਾਊਂਸ ਕੀਤੀ ਸੀ ਅਤੇ 2016 ਦੇ ਵਿੱਚ ਅੰਗਰੇਜ਼ੀ ਵਿੱਚ NHL ਖੇਡ ਨੂੰ ਪ੍ਰਸਾਰਿਤ ਕਰਨ ਵਾਲੇ ਬਣ ਗਏ ਸੀ ਪਹਿਲੇ ਸਿੱਖ ਕੈਨੇਡੀਅਨ। ਉਹਨਾਂ ਨੇ ਆਪਣੇ ਨਾਲ ਨਾਲ, ਆਪਣੇ ਪਰਿਵਾਰ ਦੇ ਨਾਲ ਨਾਲ ਸਾਰੇ ਕੈਨੇਡੀਅਨਸ ਦਾ ਅਤੇ ਸਾਰੇ ਸਿੱਖਾਂ ਦਾ ਨਾਮ, ਪੰਜਾਬੀਆਂ ਦਾ ਨਾਮ ਰੋਸ਼ਨ ਕਰ ਦਿੱਤਾ ਅਤੇ ਲਗਾਤਾਰ ਕਰੂਗਰ ਬਿਗ ਅਸਿਸਟ ਪ੍ਰੋਗਰਾਮ ਦੇ ਨਾਲ ਵੀ ਜੁੜੇ ਹੋਏ ਆ। ਆਓ ਉਹਨਾਂ ਦੇ ਨਾਲ ਗੱਲਬਾਤ ਕਰੀਏ ਅਤੇ ਆਓ ਫਿਰ ਵੈਲਕਮ ਕਰ ਲੈਂਦੇ ਹਾਂ। ਲੈਟਸ ਵੈਲਕਮ ਮਿਸਟਰ ਹਰਨਾਰਾਇਣ ਸਿੰਘ। ਵੈਲਕਮ ਮਿਸਟਰ ਸਿੰਘ, ਵੈਲਕਮ ਵਾਂਸ ਅਗੇਨ। ਥੈਂਕ ਯੂ ਸੋ ਮਚ, ਬਹੁਤ ਮਿਹਰਬਾਨੀ ਭੈਣ ਜੀ, ਨਾਈਸ ਟੂ ਬੀ ਬੈਕ। ਨਾਈਸ ਟੂ ਸੀ ਯੂ ਅਗੇਨ। ਪਹਿਲਾਂ ਤਾਂ ਇਹ ਦੱਸੋ ਕਿਵੇਂ ਹੋ ਜੀ, ਕੀ ਹਾਲ ਚਾਲ? ਬਹੁਤ ਵਧੀਆ ਜੀ, ਕਿਰਪਾ ਹੈ ਸਾਰੇ ਪਾਸਿਓਂ ਤੇ, ਮਤਲਬ ਬਿਜ਼ੀ ਰਹਿੰਦੇ, ਬੱਚੇ ਵੀ ਬਿਜ਼ੀ ਰੱਖਦੇ ਆ, ਉਧਰੋਂ ਹਾਕੀ ਦੀ ਦੁਨੀਆ ਵੀ ਬਿਜ਼ੀ ਰੱਖਦੀ ਹੈ। ਬਿਲਕੁਲ, ਹਾਕੀ ਦੀ ਦੁਨੀਆ ਦੀ ਜਦੋਂ ਗੱਲ ਕਰਦੇ ਹਾਂ ਤਾਂ ਅਸੀਂ ਪੰਜਾਬੀ ਹੋਣ ਦੇ ਨਾਤੇ ਜਦੋਂ ਵੀ ਦੇਖਦੇ ਹਾਂ, ਜਦੋਂ ਵੀ ਕਿਤੇ ਰੈਸਟੋਰੈਂਟ 'ਤੇ ਬੈਠੇ ਹੋਈਏ, ਗੇਮ ਚੱਲਦੀ ਹੋਵੇ ਅਤੇ ਤੁਹਾਡਾ ਚਿਹਰਾ ਆ ਜਾਵੇ ਤਾਂ ਸਾਰੇ ਪੁੱਛਦੇ ਆ ਉਹ ਹੀ ਇਜ਼ ਫਰੋਮ ਯੂਅਰ ਕਮਿਊਨਿਟੀ, ਅਤੇ ਉਹ ਬਹੁਤ ਵਧੀਆ ਹੈ ਅਤੇ ਸਾਡਾ ਵੀ ਮਾਣ ਨਾਲ ਸਿਰ ਉੱਚਾ ਹੋ ਜਾਂਦਾ। ਫਿਰ ਜਦੋਂ ਬੱਚਿਆਂ ਦੀ ਗੱਲ ਆਉਂਦੀ ਹੈ ਤਾਂ ਬੱਚਿਆਂ ਲਈ ਤਾਂ ਖੇਡਾਂ ਬਹੁਤ ਜ਼ਰੂਰੀ ਹੈ। ਤੁਸੀਂ ਚਾਹੇ ਖੇਡਦੇ ਨਹੀਂ ਪਰ ਖੇਡਾਂ ਦੇ ਨਾਲ ਬਚਪਨ ਤੋਂ ਜੁੜੇ ਹੋਏ ਹੈ ਅਤੇ ਨਾਲ ਨਾਲ ਹੁਣ ਇਸ ਲੈਵਲ ਦੇ ਉੱਤੇ ਆ ਕੇ ਤੁਸੀਂ ਸਰਵ ਕੀਤਾ ਅੰਬੈਸਡਰ ਵਿਦ ਮੈਨੀ ਐਸੋਸੀਏਸ਼ਨਸ। ਪਰ ਕਰੂਗਰ
ਬਿਗ ਅਸਿਸਟ ਪ੍ਰੋਗਰਾਮ ਦੀ ਗੱਲ ਕੁਝ ਵੱਖਰੀ ਹੈ, ਇਸ ਦੇ ਨਾਲ ਤੁਹਾਡਾ ਕਨੈਕਸ਼ਨ ਕਿਸ ਤਰ੍ਹਾਂ ਦਾ ਰਿਹਾ, ਕਿਸ ਤਰ੍ਹਾਂ ਜੁੜੇ ਤੁਸੀਂ, ਇਹ ਦੱਸੋ ਸਭ ਤੋਂ ਪਹਿਲਾਂ ਤਾਂ। ਹਾਂਜੀ, ਸੋ ਗੱਲਬਾਤ ਇਸ ਤਰ੍ਹਾਂ ਹੈ ਕਿ ਮੇਰਾ ਜਿਹੜਾ ਹਾਕੀ ਨਾਲ ਪਿਆਰ ਹੈ ਉਹ ਬਚਪਨ ਤੋਂ ਹੀ ਰਿਹਾ ਹੈਗਾ, ਤੇ ਮੈਂ ਜੋ ਛੋਟੇ ਜਿਹੇ ਟਾਊਨ ਦੇ ਵਿੱਚ ਜੰਮਿਆ ਪਲਿਆ ਬਰੁਕਸ ਐਲਬਰਟਾ, ਉੱਥੇ ਕੋਈ ਆਪਣੇ ਭਾਈਚਾਰੇ ਦੇ ਵਿੱਚੋਂ ਹੋਰ ਲੋਕ ਜਾਂ ਪਰਿਵਾਰ ਨਹੀਂ ਸੀਗੇ, ਤੇ ਫਿਰ ਬਚਪਨ ਦੇ ਵਿੱਚ ਕਾਫੀ ਫਰਕ ਸੀਗਾ ਮੇਰਾ ਤੇ ਕਲਾਸਮੇਟਸ ਦੇ ਵਿੱਚੋਂ, ਕਿਉਂਕਿ ਸਾਡਾ ਪਹਿਰਾਵਾ ਵੀ ਵੱਖਰਾ, ਜੋ ਕੁਛ ਖਾਂਦੇ ਪੀਂਦੇ ਉਹ ਵੀ ਵੱਖਰਾ, ਜੋ ਕੁਛ ਆਪਾਂ ਗੀਤ ਸੰਗੀਤ ਸੁਣਦੇ ਹਾਂ, ਭਾਸ਼ਾ, ਕਾਫੀ ਚੀਜ਼ਾਂ ਦਾ ਫਰਕ ਹੋਣ ਕਰਕੇ ਹਾਕੀ ਇੱਕ ਮੇਰੇ ਵਾਸਤੇ ਬਹੁਤ ਵੱਡੀ ਮਹੱਤਵਪੂਰਨ ਸਾਂਝ ਬਣ ਗਈ ਸੀ ਕਲਾਸਮੇਟਸ ਦੇ ਨਾਲ। ਉਹ ਜਿਹੜੇ ਸਾਡਾ ਆਪਸ ਵਿੱਚ ਜਿਹੜਾ ਫਰਕ ਸੀਗਾ ਉਹ ਸਾਰੇ ਭੁੱਲ ਗਏ ਸੀ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਮੁੰਡਾ ਤਾਂ ਹਾਕੀ ਨਾਲ ਕਾਫੀ ਦਿਲਚਸਪੀ ਰੱਖਦਾ ਆ। ਤੇ ਜਿਉਂ ਜਿਉਂ ਫਿਰ ਮੇਰੇ ਹਾਕੀ ਨਾਲ ਪਿਆਰ ਜਿਹਾ ਵੱਧਦਾ ਗਿਆ ਤੇ ਮੈਂ ਆਪ ਚਾਹੁੰਦਾ ਸੀਗਾ ਵੀ ਮੈਂ ਹਾਕੀ ਦੀ ਕਮੈਂਟਰੀ ਕਰਾਂ ਤੇ ਇੱਕ ਨਾ ਇੱਕ ਦਿਨ ਇਸ ਪੱਧਰ ਤੱਕ ਪਹੁੰਚ ਸਕਾਂ। ਤੇ ਫਿਰ ਹੁਣ ਜਦੋਂ ਇੰਨੇ ਸਾਲਾਂ ਬਾਅਦ ਇਹ ਮੌਕਾ ਮਿਲ ਰਿਹਾ, ਮੇਰਾ ਵੀ ਜੀ ਕਰਦਾ ਵੀ ਕਿਸੇ ਨਾ ਕਿਸੇ ਸਾਧਨ ਰਾਹੀਂ ਮੈਂ ਵੀ ਵਾਪਸ ਹਾਕੀ ਦੀ ਜਾਂ ਇਸ ਦੇਸ਼ ਦੀ ਸੇਵਾ ਕਰ ਸਕਾਂ। ਤੇ ਇਹ ਜਿਹੜਾ ਕਰੂਗਰ ਬਿਗ ਅਸਿਸਟ ਪ੍ਰੋਗਰਾਮ ਹੈ ਇਹ ਬਹੁਤ ਹੀ ਸ਼ਲਾਘਾਯੋਗ ਪ੍ਰੋਗਰਾਮ ਹੈ, ਕਿਉਂਕਿ ਜਿਹੜੇ ਲੋੜਵੰਦ ਪਰਿਵਾਰ ਹੈਗੇ ਆ, ਤੁਸੀਂ ਵੀ ਜ਼ਿਕਰ ਕੀਤਾ ਪੈਨਡੈਮਿਕ ਦੇ ਕਾਰਨ ਕਈ ਜਾਣਿਆਂ ਦੀਆਂ ਜਾਬਾਂ ਛੁੱਟ ਗਈਆਂ ਜਾਂ ਮਤਲਬ ਉਹਨਾਂ ਨੂੰ ਪੈਸਿਆਂ ਪੱਖੋਂ ਔਖਿਆਈ ਜਾਂ ਔਖਾ ਸਮਾਂ ਆ ਰਿਹਾ ਹੈਗਾ। ਸੋ ਮੈਨੂੰ ਬਹੁਤ ਚੰਗਾ ਲੱਗਾ ਜਦੋਂ ਉਹਨਾਂ ਨੇ ਮੈਨੂੰ ਆ ਕੇ ਪੁੱਛਿਆ ਵੀ ਇਹ ਪ੍ਰੋਗਰਾਮ ਅਸੀਂ ਉਲੀਕਿਆ ਹੈਗਾ ਤੇ ਤੁਸੀਂ ਵੀ ਸਾਡੇ ਨਾਲ ਰਲੋ, ਤੇ ਇਦੋਂ ਵਧੀਆ ਕੀ ਹੋ ਸਕਦਾ ਹੈਗਾ ਜੇ ਆਪਾਂ ਲੋੜਵੰਦ ਪਰਿਵਾਰਾਂ ਦੀ ਮਦਦ ਕਰ ਸਕੀਏ। ਬਿਲਕੁਲ ਮਿਸਟਰ ਸਿੰਘ, ਜਦੋਂ ਅਸੀਂ ਲੋੜਵੰਦਾਂ ਦੀ ਗੱਲ ਕਰਦੇ ਹਾਂ ਇਸ ਟਾਈਮ ਦੇ ਉੱਤੇ ਹੋਰ ਵੀ ਜ਼ਰੂਰੀ ਹੋ ਗਿਆ, ਚਾਹੇ ਅਸੀਂ ਪ੍ਰਾਊਡ ਫੀਲ ਕਰਦੇ ਹਾਂ ਕਿ ਸਾਡੀ ਕਮਿਊਨਿਟੀ ਹਮੇਸ਼ਾ ਉੱਥੇ ਜਾ ਕੇ ਖੜੀ ਹੋ ਜਾਂਦੀ ਹੈ ਜਿੱਥੇ ਸਹਾਇਤਾ ਦੀ ਲੋੜ ਹੋਵੇ, ਪਰ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਕਿ ਕਿਸੇ ਦਾ ਗੇਮ ਦੇ ਨਾਲ ਪਿਆਰ ਨਾ ਟੁੱਟ ਜਾਵੇ, ਕੋਈ ਬੱਚਾ ਜਿਹੜਾ ਹੈ ਉਹ ਕਿਸੇ ਨੈਕਸਟ ਸੀਜ਼ਨ ਦੇ ਵਿੱਚ ਆਪਣਾ ਮਿਸ ਨਾ ਕਰ ਦੇਵੇ ਸੀਜ਼ਨ ਨੂੰ, ਇਸ ਕਰਕੇ ਕਿ ਪੈਂਡੈਮਿਕ ਹੈ ਅਫੋਰਡ ਨਹੀਂ ਕਰਦੇ। ਹੁਣ ਕਰੂਗਰ ਬਿਗ ਅਸਿਸਟ ਪ੍ਰੋਗਰਾਮ ਇੱਕ ਪ੍ਰੋਗਰਾਮ ਲੈ ਕੇ ਆਇਆ, ਪਿਛਲੇ ਸਾਲ ਤੋਂ ਅਸੀਂ ਉਹਦੇ ਬਾਰੇ ਗੱਲ ਕਰ ਰਹੇ ਹਾਂ, ਸਹਾਇਤਾ ਦੀ ਅਸੀਂ ਬਾਅਦ 'ਚ ਗੱਲ ਕਰਾਂਗੇ, ਪਰ ਸਾਡੇ ਵਿਊਅਰਸ ਨੂੰ ਇੱਕ ਵਾਰੀ ਦੱਸੋ ਕਿ ਕਿਸ ਤਰ੍ਹਾਂ ਦਾ ਇਹ ਪ੍ਰੋਗਰਾਮ ਹੈ, ਕਿਸ ਤਰ੍ਹਾਂ ਦੇ ਨਾਲ ਇਨੀਸ਼ੀਏਟ ਹੋਇਆ ਸੀ ਇਹ। ਹਾਂਜੀ, ਸੋ ਜਿਵੇਂ ਆਪਾਂ ਗੱਲ ਕਰ ਰਹੇ ਸੀ, ਤੁਸੀਂ ਵੀ ਜ਼ਿਕਰ ਕੀਤਾ ਸਕਾਟੀਜ਼, ਕੈਸ਼ਮੀਅਰ, ਸਪੰਜ, ਪੇਪਰ ਟਾਵਲ, ਇਹ ਕਰੂਗਰ ਦੇ ਜਿਹੜੇ ਪ੍ਰੋਡਕਟਸ ਹੈਗੇ ਆ, ਇਹ ਘਰ ਘਰ ਦੇ ਵਿੱਚ ਹੁੰਦੇ ਆ, ਆਪਣੇ ਕੋਈ ਵੀ ਘਰ ਤੁਸੀਂ ਲੈ ਲਓ, ਇੱਕ ਵੀ ਸਮੇਂ ਤੇ ਇਹ ਕੋਈ ਨਾ ਕੋਈ ਪ੍ਰੋਡਕਟ ਆਪਣੇ ਘਰੇ ਹੋਊਗਾ ਹੀ। ਤੇ ਇਹ ਜੋ ਕੰਪਨੀ ਹੈਗੀ ਹੈ ਕਰੂਗਰ ਕੰਪਨੀ, 3 ਪੀੜ੍ਹੀਆਂ ਤੋਂ ਇਹ ਕੈਨੇਡਾ ਦੇ ਵਿੱਚ ਇਹ ਪ੍ਰੋਡਕਟਸ ਮੈਨੂਫੈਕਚਰ ਕਰ ਰਹੇ ਆ, ਤੇ ਕਈ ਸਪੋਰਟਸ ਇਵੈਂਟਸ ਤੇ ਖਾਸ ਕਰਕੇ ਹਾਕੀ ਨਾਲ ਇਹਨਾਂ ਦਾ ਪਿਆਰ ਹੋਣ ਕਰਕੇ ਹਾਕੀ ਦੇ ਵਿੱਚ ਸਹਾਇਤਾ ਦਿੰਦੇ ਹੈਗੇ ਆ, ਸਪੋਂਸਰ ਕਰਦੇ ਨੇ ਕਈ ਇਵੈਂਟਸ। ਤੇ ਇਹ ਫਿਰ ਜਿਹੜੀ ਗੱਲਬਾਤ ਹੈਗੀ ਆ ਕਿ ਇਹਨਾਂ ਨੇ ਸੋਚਿਆ ਵੀ ਜਿਹੜੇ ਮਾਈਨਰ ਹਾਕੀ ਐਸੋਸੀਏਸ਼ਨ ਜਾਂ ਜਿਹੜੇ ਬੱਚੇ ਨੌਜਵਾਨ ਖੇਡਦੇ ਆ, ਜਿਨ੍ਹਾਂ ਦਾ ਸੁਪਨਾ ਹੈ ਵੀ ਮੈਂ ਵੀ ਖੇਡਣਾ ਆ, ਪਰ ਉਹਨਾਂ ਨੂੰ ਫਾਈਨੈਂਸ਼ੀਅਲ ਤੌਰ ਤੇ ਸਹਾਇਤਾ ਦੀ ਲੋੜ ਹੈ, ਇਹਨਾਂ ਨੇ ਇਸ ਤਰ੍ਹਾਂ ਪ੍ਰੋਗਰਾਮ ਉਲੀਕਿਆ ਕਿ $1.5 ਲੱਖ ਇਹ ਦਾਨ ਕੀਤਾ ਪਿਛਲੇ ਸਾਲ, ਤੇ ਐਵਕੀ ਵੀ ਕਰਨਗੇ। ਤੇ ਮਾਈਨਰ ਹਾਕੀ ਐਸੋਸੀਏਸ਼ਨ, ਸੋ ਇਹ ਹੁੰਦਾ ਆ ਵੀ ਕੋਈ ਵੀ ਜਿਹੜਾ ਨੌਜਵਾਨ ਬੱਚਾ ਕੈਨੇਡਾ ਦੀ ਧਰਤੀ ਦੇ ਵਿੱਚ ਹਾਕੀ ਖੇਡਦਾ ਆ, ਉਹ ਇੱਕ ਟੀਮ ਦੇ ਨਾਲ ਖੇਡਦਾ, ਉਹ ਹਰੇਕ ਟੀਮ ਕੋਈ ਨਾ ਕੋਈ ਮਾਈਨਰ ਹਾਕੀ ਐਸੋਸੀਏਸ਼ਨ ਨਾਲ ਜੁੜੀ ਹੋਈ ਹੈ। ਸੋ ਇਹਨਾਂ ਨੇ ਕੀ ਕੀਤਾ ਕਿ 15 ਮਾਈਨਰ ਹਾਕੀ ਐਸੋਸੀਏਸ਼ਨ ਨੂੰ ਉਹਨਾਂ ਨੇ $10,000 ਦੇ ਕੇ $1.5 ਲੱਖ ਦਾਨ ਕੀਤਾ, ਤਾਂ ਕਿ ਉਹ ਐਸੋਸੀਏਸ਼ਨ ਇਕੱਲੇ ਇਕੱਲੇ ਪਰਿਵਾਰ ਜਿਹੜੇ ਲੋੜਵੰਦ ਪਰਿਵਾਰ ਹੈਗੇ ਉਹਨਾਂ ਦੀਆਂ ਰਜਿਸਟ੍ਰੇਸ਼ਨ ਫੀਸਾਂ ਜਾਂ ਇਕਵਿਪਮੈਂਟ ਦੇ ਵਿੱਚ ਨਾਲ ਸਹਾਇਤਾ ਕੀਤੀ ਜਾ ਸਕੇ, ਕਿਉਂਕਿ ਕੋਈ ਵੀ ਖੇਡ ਖੇਡਣੀ ਹੈ ਤੁਹਾਨੂੰ ਇਕਵਿਪਮੈਂਟ ਚਾਹੀਦੀ ਹੈ, ਰਜਿਸਟ੍ਰੇਸ਼ਨ ਫੀਸ ਦੇਣੀ ਦੇਣੀ ਪੈਂਦੀ ਹੈ। ਤੇ ਫਿਰ ਇਸ ਤਰ੍ਹਾਂ ਕਰੂਗਰ ਬਿਗ ਅਸਿਸਟ, ਇਹ ਇੱਕ ਹੋਰ ਵੀ ਜ਼ਿਕਰਯੋਗ ਗੱਲ ਹੈ ਕਿ ਅਸਿਸਟ ਜਿਹੜਾ ਹੈਗਾ ਹਾਕੀ ਦੀ ਖੇਡ ਦੇ ਵਿੱਚ, ਇੱਕ ਤਾਂ ਕੋਈ ਖਿਡਾਰੀ ਗੋਲ ਕਰਦਾ ਹੈ, ਉਸ ਗੋਲ ਦੇ ਪਿਛੋਕੜ ਦੇ ਵਿੱਚ ਪਿੱਛੇ ਸਹਾਇਤਾ ਉਹਨੂੰ ਮਿਲੀ ਹੈ, ਪੱਕ ਕਿਹਨੇ ਗਾਂ ਭੇਜੀ ਹੈ ਉਹਨੂੰ ਵੀ ਇੱਕ ਸਹਾਇਕ ਅੰਕੜਾ ਮਿਲਦਾ, ਅਸਿਸਟ ਮਿਲਦਾ। ਸੋ ਉਸ ਕਰਕੇ ਉਹਨਾਂ ਨੇ ਇਹ ਸਾਰਾ ਰੂਪ ਰੇਖਾ ਬਣਾ ਕੇ ਸੋਚ ਕੇ ਇਹ ਉਪਰਾਲਾ ਸ਼ੁਰੂ ਕੀਤਾ ਸੀ, ਜੋ ਪਿਛਲੇ ਸਾਲ ਵੀ ਹੋਇਆ ਤੇ ਐਤਕੀ ਵੀ ਹੋ ਰਿਹਾ। ਬਹੁਤ ਵਧੀਆ ਉਪਰਾਲਾ ਜਿਹੜਾ ਕੀਤਾ ਗਿਆ, ਬਹੁਤ ਜਿਹੜੀ ਹੈ ਸੋਚ ਸਮਝ ਕੇ ਇਸ ਪ੍ਰੋਗਰਾਮ ਨੂੰ ਡਿਜ਼ਾਇਨ ਕੀਤਾ ਗਿਆ, ਅਤੇ ਇਹ ਪ੍ਰੋਗਰਾਮ ਵਰਕ ਵੀ ਕਰ ਰਿਹਾ, ਇਸੇ ਕਰਕੇ ਹੁਣ ਸੈਕਿੰਡ ਸੀਜ਼ਨ ਆ ਗਿਆ। ਸੋ ਤੁਸੀਂ ਲੋਕ ਅਤੇ ਕਰੂਗਰ ਵਾਲੇ ਇਹ ਸਾਰੇ ਵਧਾਈ ਦੇ ਪਾਤਰ ਨੇ ਕਿ ਉਹ ਪ੍ਰੋਗਰਾਮ ਵਰਕ ਕਰ ਰਿਹਾ, ਪਰ ਹੁਣ ਸਾਰਿਆਂ ਦਾ ਇੱਥੇ ਸਵਾਲ ਇਹ ਆਉਂਦਾ ਕਿ ਜਿਹੜੇ ਫੰਡ ਦਿੱਤੇ ਗਏ ਆ ਨਿਰਪੱਖ ਅਤੇ ਨਿਰਪੱਖ ਤਰੀਕੇ ਨਾਲ ਹੈ, ਕੀ ਇਹ ਡਿਸਪ੍ਰੈਸਡ ਅਤੇ ਫੇਅਰ ਅਨਬਾਈਜ਼ਡ ਵੇ ਦੇ ਨਾਲ ਵੰਡੇ ਗਏ ਸੀ, ਕਿਸ ਤਰ੍ਹਾਂ ਦੇ ਨਾਲ ਸੀ ਇਹ? ਹਾਂਜੀ, ਇਹ ਵੀ ਬਹੁਤ ਮਹੱਤਵਪੂਰਨ ਗੱਲ ਹੁੰਦੀ ਹੈ, ਕਿਉਂਕਿ $1.5 ਲੱਖ ਕਿਤੇ ਏਦਾਂ ਨਾ ਹੋਵੇ ਵੀ ਜਾਣ ਪਛਾਣ ਵਾਲਿਆਂ ਨੂੰ ਇਹ ਦਿੱਤਾ ਗਿਆ ਹੋਵੇ। ਤੇ ਇਹ ਇਸ ਤਰ੍ਹਾਂ ਕਰਦੇ ਆ ਕਿ ਥਰਡ ਪਾਰਟੀ
ਨੂੰ ਹਾਇਰ ਕਰਦੇ ਹੈਗੇ ਆ ਸੋ ਇਹ ਕਰੂਗਰ ਬਿਗ ਅਸਿਸਟ ਵਾਲੇ ਇਕੱਲੇ ਇਹਨਾਂ ਦਾ ਨਹੀਂ ਫੈਸਲਾ ਵੀ ਕਿਹੜੇ 15 ਮਾਈਨਰ ਹਾਕੀ ਐਸੋਸੀਏਸ਼ਨਸ ਨੂੰ ਪੈਸੇ ਮਿਲਨੇ ਆ ਉਹ ਵਕਾਇਦਾ ਜਿਹੜੇ ਅਲੱਗ ਇੱਕ ਗਰੁੱਪ ਨੂੰ ਹਾਇਰ ਕਰਕੇ ਫਿਰ ਉਹਨਾਂ ਦੇ ਨਾਲ ਫੈਸਲਾ ਕੀਤਾ ਜਾਂਦਾ ਕਿ ਕਿਹੜੇ ਕਿਹੜੇ ਮਾਈਨਰ ਹਾਕੀ ਐਸੋਸੀਏਸ਼ਨ ਨੂੰ $10,000 ਮਿਲਣਾ ਉਸ ਤੋਂ ਇਲਾਵਾ ਜਦੋਂ ਉੱਥੇ $10,000 ਦਿੱਤਾ ਜਾਂਦਾ ਹੈ ਉਹ ਮਾਈਨਰ ਹਾਕੀ ਐਸੋਸੀਏਸ਼ਨ ਨੂੰ ਵੀ ਸਬੂਤ ਦੇਣਾ ਪੈਂਦਾ ਹੈ ਕਿ ਇਹ ਜਿਹੜੇ ਪੈਸੇ ਸਾਨੂੰ ਮਿਲੇ ਆ ਕਿਹੜੇ ਕਿਹੜੇ ਪਰਿਵਾਰ ਨੂੰ ਕਿਹੜੇ ਕਿਹੜੇ ਕਾਰਨ ਕਰਕੇ ਦਿੱਤੇ ਗਏ ਆ ਤੇ ਕੀ ਕੀ ਚੀਜ਼ਾਂ ਖਰੀਦੀਆਂ ਗਈਆਂ ਜਾਂ ਕਿਹੜੀ ਰਜਿਸਟ੍ਰੇਸ਼ਨ ਫੀਸ ਮੁਫ਼ਤ ਦਿੱਤੀ ਗਈ ਸੋ ਪੂਰਾ ਉੱਤੋਂ ਤੋਂ ਲੈ ਕੇ ਥੱਲੇ ਤੱਕ ਪੂਰੇ ਪ੍ਰੋਸੈਸ ਦੀ ਚੈਕਿੰਗ ਹੁੰਦੀ ਹੈ ਸੋ ਆਰਗੇਨਾਈਜੇਸ਼ਨਸ ਦੀ ਵੀ ਚੈਕਿੰਗ ਹੁੰਦੀ ਹੈ ਕਿ ਆਰਗੇਨਾਈਜੇਸ਼ਨ ਕਿਸ ਤਰ੍ਹਾਂ ਦੇ ਨਾਲ ਇਸ ਫੰਡਸ ਨੂੰ ਵਰਤ ਰਹੀ ਹੈ ਸੋ ਆਰਗੇਨਾਈਜੇਸ਼ਨ ਜਿਹੜੀ ਹੈਗੀ ਆ ਜਿਹੜੇ ਮਾਈਨਰ ਹਾਕੀ ਐਸੋਸੀਏਸ਼ਨਸ ਕਿਉਂਕਿ ਕਾਫੀ ਸਾਰੇ ਹੈਗੇ ਆ ਕੈਨੇਡਾ ਦੇ ਵਿੱਚ ਤੇ ਉਹਨਾਂ ਉਹ ਫਿਰ ਜਦੋਂ ਨੋਮੀਨੇਸ਼ਨ ਪ੍ਰੋਸੈਸ ਕਰਦੇ ਉਹਨਾਂ ਨੂੰ ਇਨਫੋਰਮੇਸ਼ਨ ਭਰਨੀ ਪੈਂਦੀ ਹੈ ਵੀ ਸਾਡੀ ਮਾਈਨਰ ਹਾਕੀ ਐਸੋਸੀਏਸ਼ਨ ਸਾਡੇ ਕਮਿਊਨਿਟੀ ਦੀ ਕਿਸ ਤਰ੍ਹਾਂ ਸਹਾਇਤਾ ਜਾਂ ਸੇਵਾ ਕਰ ਰਹੀ ਹੈ ਜਾਂ ਅਸੀਂ ਕੀ ਕੀ ਪ੍ਰੋਗਰਾਮ ਨਾਲ ਕਰਦੇ ਹਾਂ ਜਾਂ ਬੱਚਿਆਂ ਨੂੰ ਕਿਸ ਤਰ੍ਹਾਂ ਸਹਾਇਤਾ ਦਿੰਦੇ ਹਾਂ ਫਿਰ ਉਹ ਸਾਰੇ ਨੋਮੀਨੇਸ਼ਨ ਦੇ ਵਿੱਚੋਂ ਫਿਰ ਚੁਣ ਕਰੂਗਰ ਵਾਲੇ ਚੁਣਦੇ ਹਨ ਕਿ ਇਹ ਸਭ ਤੋਂ ਪ੍ਰਭਾਵਸ਼ਾਲੀ ਮਾਈਨਰ ਹਾਕੀ ਐਸੋਸੀਏਸ਼ਨ ਹੈ ਇਹਨਾਂ ਨੂੰ ਆਪਾਂ ਇਨਾਮ ਦਈਏ ਜਿਹੜੇ 15 ਇਨਾਮ ਦਿੱਤੇ ਜਾਣਗੇ ਮਿਸਟਰ ਸਿੰਘ ਜੇ ਇੱਕ ਆਰਗੇਨਾਈਜੇਸ਼ਨ ਇੱਕ ਕ੍ਰਾਈਟੇਰੀਆ ਦੇ ਪੁਆਇੰਟ ਨੂੰ ਜਿਹੜਾ ਮੀਟ ਨਹੀਂ ਕਰਦੀ ਬਟ ਵਾਂਟਸ ਟੂ ਅਪਲਾਈ ਫਾਰ ਕਰੂਗਰ ਬਿਗ ਅਸਿਸਟ ਕਹਿੰਦੇ ਹਾਂਜੀ ਇਹ ਜੋ ਮਾਈਨਰ ਹਾਕੀ ਐਸੋਸੀਏਸ਼ਨ ਹੈਗੀ ਹੈ ਇਹ ਤਕਰੀਬਨ ਸਾਰੇ ਬਹੁਤ ਹੀ ਸੌਖਾ ਹੋਊਗਾ ਕ੍ਰਾਈਟੇਰੀਆ ਦੇ ਵਿੱਚ ਤੁਸੀਂ ਪੂਰੇ ਹੋਣਾ ਕਿਉਂਕਿ ਹਾਕੀ ਕੈਨੇਡਾ ਇੱਕ ਸੰਸਥਾ ਹੈ ਜੇ ਕਿ ਸਾਰੇ ਗਵਰਨਿੰਗ ਬਾਡੀ ਹੈ ਮਾਈਨਰ ਹਾਕੀ ਐਸੋਸੀਏਸ਼ਨ ਦੀ ਤੇ ਸਾਰੀਆਂ ਟੀਮਾਂ ਕੋਈ ਨਾ ਕੋਈ ਐਸੋਸੀਏਸ਼ਨ ਦੇ ਵਿੱਚ ਅੰਡਰ ਹੁੰਦੀਆਂ ਹਨ ਪਰ ਜੇ ਨਹੀਂ ਵੀ ਹੈਗਾ ਤਾਂ ਤੁਸੀਂ ਉੱਥੇ ਪੜ੍ਹ ਕੇ ਵੀ ਦੇਖ ਸਕਦੇ ਹਾਂ ਵੀ ਕੀ ਕ੍ਰਾਈਟੇਰੀਆ ਹੈਗਾ ਪਰ ਜ਼ਿਆਦਾ ਤੌਰ 'ਤੇ ਮੋਸਟ ਲਾਈਕਲੀ ਤੁਹਾਡੀ ਜਿਹੜੀ ਟੀਮ ਹੈ ਬੱਚਿਆਂ ਦੀ ਜਾਂ ਤੁਸੀਂ ਆਪ ਵਾਲੰਟੀਅਰ ਹੈ ਮਾਪੇ ਹੋ ਜਾਂ ਤੁਸੀਂ ਕੋਚ ਹੋ ਜਾਂ ਤੁਹਾਨੂੰ ਕੋਈ ਪਰਿਵਾਰ ਜਾਣਦਾ ਜਿਨ੍ਹਾਂ ਦੇ ਬੱਚੇ ਖੇਡਦੇ ਆ ਮੈਂ ਮੋਸਟ ਲਾਈਕਲੀ ਉਹ ਕ੍ਰਾਈਟੇਰੀਆ ਦੇ ਵਿੱਚ ਉਹ ਆ ਜਾਂਦੇ ਆ ਸੋ ਇਹ ਫੰਡਸ ਕਦੋਂ ਰਿਸੀਵਡ ਹੁੰਦੇ ਆ ਤੇ ਕਿਵੇਂ ਹਾਊ ਦਿ ਸਿਲੈਕਟਡ ਆਰਗੇਨਾਈਜੇਸ਼ਨ ਵਿਲ ਬੀ ਨੋਟੀਫਾਈਡ ਉਹਨਾਂ ਨੂੰ ਕਿਵੇਂ ਪਤਾ ਲੱਗਦਾ ਕਿ ਅਸੀਂ ਸਿਲੈਕਟ ਹੋ ਗਏ ਆ ਹਾਂਜੀ ਸੋ ਪਹਿਲਾਂ ਤਾਂ ਆਪਣੇ ਜਨਵਰੀ 31 ਤਰੀਕ ਤੱਕ ਨੋਮੀਨੇਸ਼ਨ ਦੀ ਡੈਡਲਾਈਨ ਹੈ ਸੋ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਇਹ ਤੁਸੀਂ krugerbigassist.ca ਵੈਬਸਾਈਟ ਤੇ ਜਾ ਕੇ ਇਨਫੋਰਮੇਸ਼ਨ ਭਰਨੀ ਹੈਗੀ ਆਪਣੀ ਟੀਮ ਤੇ ਮਾਈਨਰ ਹਾਕੀ ਐਸੋਸੀਏਸ਼ਨ ਬਾਰੇ ਤੇ ਫਿਰ ਉਸ ਤੋਂ ਬਾਅਦ ਕੁਝ ਹਫ਼ਤਿਆਂ ਕੁਝ ਮਹੀਨੇ ਦੇ ਵਿੱਚ ਹੀ ਕਰੂਗਰ ਬਿਗੈਸਟ ਪ੍ਰੋਗਰਾਮ ਵਾਲੇ ਸਿਲੈਕਟ ਕਰਨਗੇ 15 ਮਾਈਨਰ ਹਾਕੀ ਐਸੋਸੀਏਸ਼ਨ ਤੇ ਉਹਦੇ ਵਿੱਚੋਂ ਫਿਰ ਇਸੇ ਸਾਲ ਦੇ ਵਿੱਚ ਹੀ $10,000 $1,500,000 ਤੱਕ ਵੰਡਿਆ ਜਾਵੇਗਾ ਤੇ ਇਸ ਦੇ ਵਿੱਚ ਐਤਕੀ ਇੱਕ ਨਵੀਂ ਗੱਲ ਵੀ ਹੈਗੀ ਹੈ ਇੱਕ ਬੋਨਸ ਪੈਸੇ ਵੀ ਦੇ ਰਹੇ ਹੈਗੇ ਆ ਕਿਉਂਕਿ ਸਾਰੀ ਦੁਨੀਆ ਦੇ ਵਿੱਚ ਖਾਸ ਕਰਕੇ ਕੈਨੇਡਾ ਅਮਰੀਕਾ ਇਸ ਚੀਜ਼ ਦਾ ਧਿਆਨ ਰੱਖਿਆ ਜਾ ਰਿਹਾ ਅੱਜ ਕੱਲ੍ਹ ਕਿ ਕੋਈ ਵੀ ਕੰਪਨੀ ਕੋਈ ਵੀ ਖੇਡ ਕੋਈ ਵੀ ਆਰਗੇਨਾਈਜੇਸ਼ਨ ਕੋਈ ਸਕੂਲ ਹੋਵੇ ਜਿੱਥੇ ਮਰਜ਼ੀ ਤੁਸੀਂ ਦੇਖੋ ਅੱਜ ਕੱਲ੍ਹ ਧਿਆਨ ਕੀਤਾ ਜਾ ਰਿਹਾ ਕਿ ਵੱਖਰੇ ਵੱਖਰੇ ਭਾਈਚਾਰਿਆਂ ਨੂੰ ਵੀ ਮੌਕਾ ਦਿੱਤਾ ਜਾਵੇ ਜਾਂ ਜੇ ਕੋਈ ਵੀ ਸੰਸਥਾ ਹੈਗੀ ਹੈ ਜਿਹਦੇ ਵਿੱਚ ਡਾਇਵਰਸਿਟੀ ਨਹੀਂ ਹੈਗੀ ਉਹ ਸੋਚ ਰਹੇ ਵੀ ਅਸੀਂ ਡਾਇਵਰਸਿਟੀ ਨੂੰ ਕਿਵੇਂ ਵਧਾ ਸਕੀਏ ਸੋ ਇੱਕ ਐਤਕੀ ਨਵਾਂ ਵੀ ਉਪਰਾਲਾ ਹੈਗਾ ਕਿ ਬੋਨਸ ਪੈਸੇ ਦਿੱਤੇ ਜਾ ਸਕਦੇ ਹੈਗੇ ਆ ਜੇ ਕੋਈ ਵੀ ਮਾਈਨਰ ਹਾਕੀ ਐਸੋਸੀਏਸ਼ਨ ਦੱਸਣ ਵੀ ਅਸੀਂ ਆਹ ਉਪਰਾਲਾ ਕੀਤਾ ਤਾਂ ਕਿ ਸਾਡੇ ਹੋਰ ਵੀ ਵੱਖਰੇ ਭਾਈਚਾਰੇ ਦੇ ਵਿੱਚੋਂ ਵੀ ਬੱਚੇ ਆ ਕੇ ਆਈਸ ਹਾਕੀ ਖੇਡਣ ਸੋ ਉਹ ਇੱਕ ਹੋਰ ਪੈਸਿਆਂ ਦਾ ਵੀ ਇੱਕ ਸੈਕਿੰਡ ਅਸਿਸਟ ਉਹਨਾਂ ਨੇ ਨਾਂ ਰੱਖਿਆ ਇਸ ਨਵੇਂ ਉਪਰਾਲੇ ਦੇ ਵਿੱਚ ਸੋ ਇਸ ਬਾਰੇ ਹੋਰ ਸਾਨੂੰ ਡੀਟੇਲ ਦੇ ਵਿੱਚ ਦੱਸੋ ਸੈਕਿੰਡ ਅਸਿਸਟ ਪ੍ਰੋਗਰਾਮ ਦੇ ਬਾਰੇ ਕਿ ਇਸ ਸਾਲ ਦੇ ਵਿੱਚ ਹੋਰ ਕਿੰਨੀਆਂ ਕਿੰਨੀਆਂ ਕਮਿਟਮੈਂਟਸ ਨੇ ਇੱਕ ਤਾਂ ਤੁਸੀਂ ਬੋਨਸ ਕਹਿ ਰਹੇ ਹੋ ਤੇ ਉਹੀ $1,50,000 ਹੈ ਜਾਂ ਇਸ ਤੋਂ ਉੱਤੇ ਵੀ ਹੋ ਸਕਦਾ ਸੋ ਇੱਕ ਵਾਰੀ ਟਾਰਗੇਟ $1,50,000 ਪਿਛਲੇ ਸਾਲ ਵਾਲਾ ਹੀ ਰੱਖਿਆ ਗਿਆ ਸੋ ਬਿਲਕੁਲ ਤੁਹਾਡੀ ਗੱਲ ਵਾਜਬ ਹੈ ਕਿ ਇਹ ਉੱਤੋਂ ਹੀ ਹੈਗੇ ਆ $1,50,000 ਜਿਹੜਾ ਜਿਵੇਂ ਪਿਛਲੇ ਸਾਲ ਵੀ ਦਿੱਤਾ ਉਹ ਐਤਕੀ ਵੀ ਦੇਣਗੇ ਪਰ ਜਿਹੜੀ ਡਾਇਵਰਸਿਟੀ ਇਨਕਲੂਜਨ ਦੀ ਗੱਲ ਹੈਗੀ ਹੈ ਬਰਾਬਰਤਾ ਦੀ ਗੱਲ ਤਾਂ ਕਿ ਵੀ ਹੋਰ ਭਾਈਚਾਰੇ ਦੇ ਵਿੱਚੋਂ ਬੱਚੇ ਵੀ ਆ ਕੇ ਆਈਸ ਹਾਕੀ ਖੇਡਣ ਉਹ ਉਸ ਤੋਂ ਅਬਵ ਐਂਡ ਬਿਯੋਂਡ ਹੋਵੇਗਾ ਸੋ ਵੱਧ ਪੈਸੇ ਜਿੱਤਣ ਦੇ ਮੌਕੇ ਹੈਗੇ ਆ ਦੇਖੋ ਇਹ ਜਿਹੜੀ ਖੇਡ ਹੈਗੀ ਹੈ ਹਾਕੀ ਜਿਹੜੀ ਖੇਡ ਹੈ ਨਾ ਕੈਨੇਡਾ ਦੇ ਵਿੱਚ ਕੈਨੇਡਾ ਦੀ ਸੱਭਿਆਤਾਇਕ ਦਾ ਇੱਕ ਬਹੁਤ ਵੱਡਾ ਮਹੱਤਵਪੂਰਨ ਹਿੱਸਾ ਹੈ ਜੇ ਆਪਾਂ ਕੈਨੇਡਾ ਦਾ ਇਤਿਹਾਸ ਦੇਖੀਏ 100 ਸਾਲ ਤੋਂ ਬਾਅਦ ਉਸ ਉਹੀ ਇਤਿਹਾਸ ਹਾਕੀ ਦਾ ਰਲਦਾ ਮਿਲਦਾ ਹੈ ਤੇ ਦੁਨੀਆ ਭਰ ਦੇ ਵਿੱਚ ਜੇ ਕੈਨੇਡਾ ਬਾਰੇ ਲੋਕੀ ਕੁਛ ਜਾਣਦੇ ਆ
ਤੇ ਇਹ ਜ਼ਰੂਰ ਜਾਣਦੇ ਆ ਕਿ ਕੈਨੇਡਾ ਦਾ ਦੇਸ਼ ਆਈਸ ਹਾਕੀ ਉਹ ਖੇਡਦੇ ਆ ਤੇ ਵਧੀਆ ਖਿਡਾਰੀ ਪੈਦਾ ਹੁੰਦੇ ਆ। ਕੋਈ ਵੀ ਓਲੰਪਿਕ ਗੇਮਾਂ ਦੇ ਵਿੱਚ ਜਾਂ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਸੋਨੇ ਦਾ ਤਗਮਾ ਕੈਨੇਡਾ ਜਿੱਤਦੀ ਰਹੀ ਹੈ, ਜਾਂ ਫਿਰ ਜਿਹੜੇ ਸਭ ਤੋਂ ਜਿਹੜੀ ਕਰੀਮ ਹੈਗੀ ਹੈ ਆਈਸ ਹਾਕੀ ਦੇ ਖਿਡਾਰੀਆਂ ਦੀ ਨੈਸ਼ਨਲ ਹਾਕੀ ਲੀਗ, ਉਹਦੇ ਵਿੱਚ ਵੀ ਸਭ ਤੋਂ ਵੱਧ ਗਿਣਤੀ ਦੇ ਜਿਹੜੇ ਖਿਡਾਰੀ ਹਨ ਉਹ ਕੈਨੇਡਾ ਦੇ ਵਿੱਚੋਂ ਹੀ ਪੈਦਾ ਹੁੰਦੇ ਹਨ। ਸੋ ਇਹ ਇੱਕ ਇਕੱਠੇ ਹੋਣ ਦਾ ਜੁੜਨ ਦਾ ਸਾਧਨ ਹੈਗਾ ਸਪੋਰਟਸ, ਜੋ ਕਿ ਭਾਵੇਂ ਤੁਹਾਡਾ ਜਿੱਦਾਂ ਵੀ ਮਰਜ਼ੀ ਤੁਹਾਡਾ ਪਿਛੋਕੜ ਹੋਵੇ, ਪਹਿਰਾਵਾ ਹੋਵੇ, ਆਪਾਂ ਸਾਰੇ ਇਕੱਠੇ ਹੋ ਜਾਂਦੇ ਹਾਂ ਜਦੋਂ ਕੋਈ ਖੇਡ ਖੇਡਦੇ ਹਾਂ, ਜਾਂ ਕਿਸੇ ਟੀਮ ਵਾਸਤੇ ਵੀ ਆਪਾਂ ਹੱਲਾਸ਼ੇਰੀ ਉਹਨਾਂ ਨੂੰ ਭੇਜ ਰਹੇ, ਸਾਰੇ ਜਾਣੇ ਅਰੀਨਾ ਦੇ ਵਿੱਚ ਇਕੱਠੇ ਹੋ ਜਾਂਦੇ ਆ। ਜੀ ਜੀ ਹਨਰਨ ਜੀ, ਅੱਛਾ ਮੈਨੂੰ ਇਹ ਦੱਸੋ ਕਿ ਜਿਵੇਂ ਤੁਸੀਂ ਕਿਹਾ ਕਿ ਕੋਈ ਵੀ ਨੋਮੀਨੇਟ ਕਰ ਸਕਦਾ, ਜੇ ਮੰਨ ਲਓ ਮੈਂ ਕਿਸੇ ਨੂੰ ਜਾਣਦੀ ਹਾਂ ਕੋਈ ਹਾਕੀ ਵਧੀਆ ਕਰ ਰਿਹਾ, ਉਪਰਾਲੇ ਵਧੀਆ ਕਰ ਰਿਹਾ, ਉਹਨਾਂ ਨੂੰ ਫੰਡਿੰਗ ਦੀ ਲੋੜ ਹੈ, ਮੈਂ ਨੋਮੀਨੇਟ ਕਰ ਸਕਦੀ, ਕੋਈ ਵੀ ਜਿਹੜਾ ਐਸੋਸੀਏਸ਼ਨ ਨੂੰ ਨੋਮੀਨੇਟ ਕਰ ਸਕਦਾ, ਕੀ ਕੋਈ ਐਸੋਸੀਏਸ਼ਨ ਦੀ ਐਲੀਜੀਬਿਲਟੀ ਵੀ ਹੈਗੀ ਹੈ? ਹਾਂਜੀ, ਐਲੀਜੀਬਿਲਟੀ ਤਾਂ ਇਹੀ ਹੈ ਵੀ ਮਤਲਬ ਉਹ ਬੱਚੇ ਅਤੇ ਖੇਡਦੇ ਹੋਣ ਅਤੇ ਉਹ ਟੀਮ ਮਾਈਨਰ ਹਾਕੀ ਐਸੋਸੀਏਸ਼ਨ ਰਜਿਸਟਰਡ ਟੀਮ ਹੋਵੇ, ਅਤੇ ਜਿਵੇਂ ਤੁਸੀਂ ਦੱਸਿਆ ਵੀ ਆਪਣੇ ਭਾਵੇਂ ਤੁਸੀਂ ਆਪ ਕੋਚ ਹੈ ਜਾਂ ਤੁਹਾਡੇ ਆਪਦੇ ਬੱਚੇ ਖੇਡਦੇ ਆ, ਜਾਂ ਤੁਸੀਂ ਵਾਲੰਟੀਅਰ ਕਰਦੇ, ਜਾਂ ਤੁਸੀਂ ਕਿਸੇ ਵੀ ਬੱਚਿਆਂ ਨੂੰ ਜਾਣਦੇ ਹੈ ਜੇ ਕਿ ਜੋ ਕਿ ਖੇਡ ਰਿਹਾ, ਕੋਈ ਹੋਰ ਤੁਹਾਡੇ ਦੋਸਤ ਮਿੱਤਰ ਦੇ ਪਰਿਵਾਰ ਦੇ ਬੱਚੇ ਖੇਡਦੇ ਆ, ਤੁਸੀਂ ਕੋਈ ਵੀ ਜਾ ਕੇ ਉਸ ਵੈਬਸਾਈਟ krugerbigassist.ca ਤੇ ਜਾ ਕੇ ਨੋਮੀਨੇਟ ਕਰ ਸਕਦੇ ਆ, ਤੇ ਫਿਰ ਉਹਨਾਂ ਉਹ ਕੰਟੈਸਟ ਦੇ ਵਿੱਚ ਭਰਤੀ ਹੋ ਜਾਂਦੇ ਆ। ਤੇ ਸਬਮਿਸ਼ਨ ਪ੍ਰੋਸੈਸ ਕਿੰਨਾ ਕੁ ਔਖਾ ਹੈ ਜਾਂ ਸੌਖਾ ਹੈ, ਸਬਮਿਸ਼ਨ ਪ੍ਰੋਸੈਸ ਦੇ ਬਾਰੇ ਵੀ ਦੱਸੋ ਸਾਨੂੰ ਵੀ, ਇਹ ਵੈਬਸਾਈਟ ਤੇ ਜਾ ਕੇ ਕੀਤਾ ਜਾ ਸਕਦਾ ਜਾਂ ਹੋਰ ਕੋਈ ਵੀ ਵੇਜ਼ ਹੈਗੇ ਨੇ? ਹਾਂਜੀ, ਵੈਬਸਾਈਟ ਤੇ ਹੀ ਕੀਤਾ ਜਾ ਸਕਦਾ krugerbigassist.ca, ਤੇ ਉੱਥੇ ਬਹੁਤ ਹੀ ਸੌਖਾ ਪ੍ਰੋਸੈਸ ਹੈਗਾ, ਉੱਥੇ ਉਹਨਾਂ ਨੇ ਇਨਫੋਰਮੇਸ਼ਨ ਤੁਹਾਡੀ ਲੈ ਲੈਣੀ ਹੈ, ਬਾਕੀ ਉਹਨਾਂ ਨੇ ਪੁੱਛਣਾ ਹੈਗਾ ਵੀ ਤੁਹਾਡੀ ਮਾਈਨਰ ਹਾਕੀ ਐਸੋਸੀਏਸ਼ਨ ਕੀ ਕਰਦੀ ਹੈ, ਤੇ ਬਾਕੀ ਤੁਸੀਂ ਆਪਣੇ ਲਿਖਤੀ ਰੂਪ ਦੇ ਵਿੱਚ ਵੀ ਦੇ ਸਕਦੇ ਆ, ਵੀਡੀਓ ਭੇਜ ਕੇ ਵੀ ਦੇਖ ਸਕਦੇ ਆ। ਸੋ ਕਈ ਤਰੀਕੇ ਹੈਗੇ ਆ, ਪਰ ਹੈ ਪ੍ਰੋਸੈਸ ਬੜਾ ਸੌਖਾ। ਬਿਲਕੁਲ ਜੀ, ਸੋ ਨਾਲ ਨਾਲ ਮੈਂ ਦੇਖ ਰਹੀ ਸੀਗੀ ਕਿ ਜਦੋਂ ਕਰੂਗਰ ਦੇ ਉੱਤੇ ਜਾਂਦੇ ਆ, ਵੈਬਸਾਈਟ 'ਤੇ ਜਾਂਦੇ ਆ, ਤਾਂ ਉੱਥੇ ਬੜੇ ਵਧੀਆ ਤਰੀਕੇ ਦੇ ਨਾਲ ਰੀਚ, ਇੰਸਪਾਇਰ, ਸਪੋਰਟ, ਇਨਕਰੇਜ ਦਿੱਤਾ ਗਿਆ ਕਿ ਪੋਜ਼ਿਟਿਵ ਵਰਡਸ, ਕਿ ਉਹ ਚੀਜ਼ਾਂ ਜਿਹੜੀਆਂ ਨੇ ਉਹ ਕਮਿਊਨਿਟੀ ਦੇ ਵਿੱਚ ਹੋਣ ਅਤੇ ਇੱਕ ਖੇਡ ਦੇ ਵਿੱਚ ਵੀ ਹੋਣ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਹਾਂਜੀ, ਅਤੇ ਨਾਲੇ ਇਸ ਦੇ ਨਾਲ ਨਾਲ ਵੀ ਬਹੁਤ ਸ਼ਲਾਘਾ ਜੋ ਗੱਲ ਹੈ ਕਿ ਕਰੂਗਰ ਕੰਪਨੀ ਤੁਸੀਂ ਦੇਖਦੇ ਹੋਵੋਗੇ ਕਿ ਪੰਜਾਬੀ ਦੇ ਵਿੱਚ ਵੀ ਉਹਨਾਂ ਨੇ ਕਮਰਸ਼ਲ ਵੀ ਬਣਾਇਆ, ਜਿਸ ਦੇ ਵਿੱਚ ਪੰਜਾਬੀ ਤੇ ਸਿੱਖ ਬੱਚੇ ਵੀ ਉਹਨਾਂ ਨੇ ਹਿੱਸਾ ਲਿਆ, ਛੋਟੇ ਬੱਚੇ ਪਟਕਿਆਂ ਦੇ ਨਾਲ ਪਾ ਕੇ ਉਹ ਦੇਖ ਖੇਡ ਰਹੇ ਆ ਹਾਕੀ। ਆਪਾਂ ਨੂੰ ਵੀ ਇੱਦਾਂ ਦੀਆਂ ਕੰਪਨੀਆਂ ਨੂੰ ਸਪੋਰਟ ਕਰਨਾ ਚਾਹੀਦਾ ਜੋ ਕਿ ਸਾਡੀ ਕਮਿਊਨਿਟੀ ਵੱਲ ਧਿਆਨ ਦੇ ਰਹੇ ਹੈਗੇ ਆ, ਤੇ ਆਪਾਂ ਵੀ ਅੱਗੇ ਵੀ ਆਪਸ ਵਿੱਚ ਭੈਣ ਜੀ ਜ਼ਿਕਰ ਕੀਤਾ ਹੈਗਾ, ਗੱਲਬਾਤ ਕੀਤੀ ਹੈ ਕਿ ਖੇਡਾਂ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਮਹੱਤਵਪੂਰਨ ਚੀਜ਼ ਹੈ, ਕਿਉਂਕਿ ਇੱਕ ਤਾਂ ਹਰੇਕ ਮਾਂ ਪਿਓ ਚਾਹੁੰਦੇ ਆ ਕਿ ਬੱਚੇ ਸਿੱਧੇ ਰਸਤੇ ਹਮੇਸ਼ਾ ਰਹਿਣ ਤੇ ਮਾੜੀ ਸੰਗਤ ਨਾ ਮਿਲੇ ਜਾਂ ਕਿਤੇ ਹੋਰ ਚੀਜ਼ਾਂ ਨਾਲ ਬਿਜ਼ੀ ਨਾ ਹੋਣ, ਖਾਸ ਕਰਕੇ ਪੈਨਡੈਮਿਕ ਦੀ ਦੁਨੀਆਂ ਦੇ ਵਿੱਚ ਸਕਰੀਨ ਟਾਈਮ ਆਪਣਾ ਫੋਨਾਂ ਤੇ ਟੈਬਲੇਟ ਆਈਪੈਡ ਤੇ ਬਹੁਤ ਸਮਾਂ ਬੱਚੇ ਲਾਈ ਜਾਂਦੇ ਨੇ, ਤੇ ਜੇ ਆਪਾਂ ਉਹਨਾਂ ਨੂੰ ਖੇਡਾਂ ਦੇ ਵਿੱਚ ਪਾਉਂਦੇ ਹਾਂ, ਇੱਕ ਤਾਂ ਉਹਨਾਂ ਦੀ ਜਿਹੜੀ ਫਿਜ਼ੀਕਲ ਫਿਟਨੈਸ ਦੀ ਗੱਲ ਹੈ, ਹੈਲਥ ਵਾਸਤੇ ਵੀ ਬਹੁਤ ਚੰਗਾ, ਇੱਕ ਉਹਨਾਂ ਦੇ ਮੈਂਟਲ ਹੈਲਥ ਵਾਸਤੇ ਵੀ ਬਹੁਤ ਚੰਗਾ ਕਿ ਨਾ ਕਿ ਉਹ ਫੋਨ ਤੇ ਹੀ ਕੁਛ ਨਾ ਕੁਛ ਦੇਖੀ ਜਾਣ, ਉਹ ਆਪ ਖੇਡਣ ਕਰਨ, ਤੇ ਉਸ ਦੇ ਵਿੱਚ ਉਹਨਾਂ ਨੂੰ ਆਪਣੇ ਕਮਿਊਨਿਟੀ ਬਾਰੇ ਵੀ ਪਤਾ ਲੱਗਦਾ ਤੇ ਆਪਣੇ ਜਿਹੜਾ ਟੀਮ ਵਰਕ ਦੇ ਜਿਹੜੇ ਗੁਣ ਹੈਗੇ ਆ ਉਹਦੇ ਬਾਰੇ ਵੀ ਪਤਾ ਲੱਗਦਾ, ਗਾਂ ਆਉਣ ਵਾਲੇ ਸਮਿਆਂ ਦੇ ਵਿੱਚ ਉਹਨਾਂ ਨੂੰ ਦੁਨੀਆਂ ਦੇ ਵਿੱਚ ਕਿਵੇਂ ਵਿਚਰਨਾ, ਖੇਡਾਂ ਦੀ ਦੁਨੀਆਂ ਦੇ ਵਿੱਚ ਬਹੁਤ ਕੁਛ ਸਿੱਖਣ ਨੂੰ ਮਿਲਦਾ। ਬਿਲਕੁਲ ਜੀ, ਬਿਲਕੁਲ ਜੀ, ਕਿਉਂਕਿ ਖੇਡਾਂ ਦੇ ਵਿੱਚ ਸਾਨੂੰ ਬਹੁਤ ਕੁਝ ਜਿਵੇਂ ਤੁਸੀਂ ਦੱਸਿਆ ਕਿ ਸਿੱਖਣ ਨੂੰ ਮਿਲਦਾ, ਨਾਲ ਨਾਲ ਤੁਹਾਨੂੰ ਪੰਕਚੁਐਲਿਟੀ, ਲੋਕਾਂ ਦੇ ਨਾਲ ਸਪੋਰਟ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਖੇਡਣਾ, ਕਿਸ ਤਰ੍ਹਾਂ ਦੇ ਨਾਲ ਟੀਮ ਵਰਕ ਦੇ ਨਾਲ ਖੇਡਣਾ, ਤੁਹਾਡੀ ਫਿਜ਼ੀਕਲ ਮੈਂਟਲ ਹੈਲਥ ਜਿਹੜੀ ਹੈ ਉਹ ਬੜੀ ਵਧੀਆ ਰਹਿੰਦੀ ਹੈ ਇਸ ਟਾਈਮ ਦੇ ਉੱਤੇ, ਫਿਜ਼ੀਕਲ ਦੇ ਨਾਲ ਨਾਲ ਮੈਂਟਲ ਹੈਲਥ ਦੇ ਬਾਰੇ ਜਿਸ ਤਰ੍ਹਾਂ ਇਸ ਕੋਵਿਡ ਦੇ ਸਮੇਂ ਗੱਲਾਂ ਹੋ ਰਹੀਆਂ ਨੇ, ਸੋ ਉਹ 'ਚੋਂ ਨਿਕਲਣ ਦਾ, ਬੱਚਿਆਂ ਨੂੰ ਬਾਹਰ ਕੱਢਣ ਦਾ ਇੱਕ ਵੱਖਰਾ ਵੇ ਅਤੇ ਇੱਕ ਵਧੀਆ ਵੇ ਹੋ ਸਕਦਾ ਖੇਡਾਂ ਦੇ ਨਾਲ ਜੋੜਨਾ, ਅਤੇ ਜੇ ਕੋਈ ਹਾਕੀ ਦੇ ਵਿੱਚ ਦਿਲਚਸਪੀ ਰੱਖਦਾ ਤਾਂ ਉਹਨਾਂ ਨੂੰ ਮਾਯੂਸ ਹੋਣ ਦੀ ਲੋੜ ਨਹੀਂ ਕਿ ਇਕੁਇਪਮੈਂਟ ਮਹਿੰਗੇ ਆਉਂਦੇ ਆ, ਸੋ ਇੱਦਾਂ ਦੀਆਂ ਅਸਿਸਟ ਕਰਨ ਦੇ ਲਈ ਜਿਹੜੀਆਂ ਕੰਪਨੀਆਂ ਨੇ ਉਹ ਬਹੁਤ ਵੱਡਾ ਰੋਲ ਜਿਹੜਾ ਅਦਾ ਕਰ ਰਹੀਆਂ ਨੇ, ਤੁਹਾਨੂੰ ਕੀ ਲੱਗਦਾ ਅਸਿਸਟ ਫਰੋਮ ਦ ਕੰਪਨੀਜ਼ ਲਾਈਕ ਕਰੂਗਰ ਕਿੰਨੀਆਂ ਕੁ ਇੰਪੋਰਟੈਂਟ ਹੈਗੀਆਂ ਨੇ? ਬਹੁਤ ਜ਼ਿਆਦਾ ਮਹੱਤਵਪੂਰਨ ਹੈ, ਅਸਲ ਦੇ ਵਿੱਚ ਕਾਫ਼ੀ ਇਹ ਮੰਨਿਆ ਜਾਂਦਾ ਹੈ ਕਿ ਕਿਉਂਕਿ ਜਿਹੜੀ ਹੋਰ ਜਿਹੜੀਆਂ ਹੋਰ ਖੇਡਾਂ ਹੈਗੀਆਂ, ਬਾਸਕਿਟਬਾਲ, ਸਾਕਰ ਹੋਵੇ,
ਉਹਨੂੰ ਇੱਕ ਗੇਂਦ ਚਾਹੀਦੀ ਹੈ ਤੇ ਬਸ ਸਾਰੇ ਜਾਣੇ ਖੇਡ ਸਕਦੇ ਆ। ਹਾਕੀ ਇੱਕ ਬੜੀ ਵੱਖਰੀ ਖੇਡ ਹੈ ਪਰ ਉਹਦਾ ਮਜ਼ਾ ਹੀ ਬਹੁਤ ਵੱਖਰਾ ਹੈ। ਜਦੋਂ ਤੁਸੀਂ ਸਕੇਟ ਲੈਂਦੇ ਆ, ਸਕੇਟ ਦੇ ਨਾਲ ਤੁਸੀਂ ਗਲਵਸ, ਇਕੁਇਪਮੈਂਟ ਕਈ ਤਰ੍ਹਾਂ ਦਾ ਹੈਗਾ, ਪਰ ਜਦੋਂ ਤੁਹਾਨੂੰ ਬੱਚੇ ਨੂੰ ਆ ਜਾਂਦਾ ਨਾ, ਕਿਸੇ ਵੀ ਇਨਸਾਨ ਨੂੰ ਸਕੇਟ ਕਰਨਾ ਆ ਜਾਂਦਾ, ਤੁਸੀਂ ਆਪ ਜਿਵੇਂ ਉੱਡ ਰਹੇ ਆ ਤੇ ਉਹਦਾ ਮਜ਼ਾ ਤੇ ਉਹਦੀ ਫੀਲਿੰਗ ਬਹੁਤ ਹੀ ਵੱਖਰੀ ਹੈ। ਤੇ ਉਹ ਮਤਲਬ ਕੋਈ ਚੀਜ਼ ਕੈਨੇਡਾ ਦੇ ਵਿੱਚ ਹੈ ਨੀ ਹਾਕੀ ਵਰਗੀ ਜਿਹੜੀ ਤੁਹਾਨੂੰ ਬਿਲਕੁਲ ਹੀ ਕੈਨੇਡੀਅਨ ਮਹਿਸੂਸ ਕਰੇਗੀ। ਤੇ ਆਪ ਆਈਸ ਸਕੇਟਿੰਗ ਰਿੰਗ ਤੇ ਜਾ ਕੇ ਪਤਾ ਲੱਗਦਾ ਹੈ ਵੀ ਆਹ ਕਿੰਨੀ ਕਮਾਲ ਦੀ ਚੀਜ਼ ਹੈ। ਸੋ ਇਹ ਜੋ ਪ੍ਰੋਗਰਾਮ ਹੈਗਾ, ਕਿਉਂਕਿ ਹਾਕੀ ਦੀ ਖੇਡ ਦੇ ਵਿੱਚ ਇਕੁਇਪਮੈਂਟ ਦਾ ਖਰਚਾ ਹੈਗਾ, ਰਜਿਸਟ੍ਰੇਸ਼ਨ ਫੀਸਾਂ ਤਾਂ ਹਰੇਕ ਖੇਡ ਦੇ ਵਿੱਚ ਹੁੰਦੀਆਂ, ਪਰ ਇਹ ਜੇ ਪ੍ਰੋਗਰਾਮ ਫਿਰ ਬਹੁਤ ਮਹੱਤਵਪੂਰਨ ਨੇ, ਖਾਸ ਕਰਕੇ ਜਿਹੜੇ ਆਪਣੇ ਵੱਖਰੇ ਕਮਿਊਨਿਟੀਜ਼ ਹੈਗੇ ਆ, ਜਿਵੇਂ ਆਪਣੀ ਸਾਊਥ ਏਸ਼ੀਅਨ ਪੰਜਾਬੀ ਕਮਿਊਨਿਟੀ, ਉਹਨਾਂ ਦੇ ਵਾਸਤੇ ਵੀ ਤਾਂ ਕਿ ਕਈ ਮਾਪੇ ਜਿਹੜੇ ਸੋਚਦੇ ਨਹੀਂ ਹਾਕੀ ਬਾਰੇ, ਉਹ ਫਿਰ ਉਹਨਾਂ ਨੂੰ ਸੌਖਾ ਹੋ ਸਕਦਾ ਹੈ ਵੀ ਉਹ ਆਪਣੇ ਬੱਚੇ ਹਾਕੀ ਦੇ ਵਿੱਚ ਪਾ ਸਕਣ। ਸੋ ਮੇਰੇ ਸਮਝ ਮੁਤਾਬਕ ਤਾਂ ਇਹੋ ਜਿਹੇ ਉਪਰਾਲੇ ਬਹੁਤ ਸ਼ਲਾਘਾਯੋਗ ਨੇ ਤੇ ਬਹੁਤ ਮਹੱਤਵਪੂਰਨ। ਤੇ ਤੁਹਾਡੇ ਵਰਗਿਆਂ ਦਾ ਟਾਈਮ ਵੀ ਤੇ ਨਾਲ ਨਾਲ ਤੁਹਾਨੂੰ ਕਮਿਊਨਿਟੀ ਆਉਂਦੀ ਹੈ ਤੇ ਕਮਿਊਨਿਟੀ ਦੇ ਵਿੱਚ ਇਨਫੋਰਮੇਸ਼ਨ ਦੀ ਵੀ ਜ਼ਰੂਰਤ ਹੁੰਦੀ ਹੈ ਕਿ ਜੇ ਪਤਾ ਹੀ ਨਾ ਲੱਗੇ ਕਿਸੇ ਨੂੰ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਚੱਲ ਰਹੇ ਨੇ, ਤੇ ਉਹ ਵੀ ਇੱਕ ਨਾ ਉਹ ਪ੍ਰੋਗਰਾਮ ਚਲਾਏ ਦਾ ਕੋਈ ਫਾਇਦਾ ਨਹੀਂ ਹੁੰਦਾ। ਹੁਣ ਤੁਸੀਂ ਲਗਾਤਾਰ ਇਨਫੋਰਮੇਸ਼ਨ ਪਹੁੰਚਾ ਰਹੇ ਹੋ ਕਿ ਇਸ ਤਰ੍ਹਾਂ ਦੇ ਨਾਲ ਵੀ ਫੰਡਿੰਗ ਮਿਲ ਰਹੀ ਹੈ, ਇਸ ਤਰ੍ਹਾਂ ਦੇ ਨਾਲ ਕੰਪਨੀਜ਼ ਐਗਜ਼ਿਸਟ ਕਰ ਰਹੀਆਂ ਨੇ, ਸੋ ਤੁਸੀਂ ਵੀ ਸ਼ਲਾਘਾਯੋਗ ਕੰਮ ਕਰ ਰਹੇ ਹੋ। ਤੇ ਨਾਲ ਨਾਲ ਅਖੀਰ ਦੇ ਵਿੱਚ ਮੈਂ ਜੱਜਮੈਂਟ ਦੀ ਗੱਲ ਕਰਾਂ, ਸੋ ਜੱਜਮੈਂਟ ਦੇ ਵਿੱਚ ਵਿਨਰਸ ਜਿਹੜੇ ਐਸ ਟਰਮ ਦੇ ਆ, ਜੇ ਸਬਮਿਸ਼ਨ 31 ਤਰੀਕ ਤੱਕ ਹੈਗੀਆਂ ਨੇ ਤਾਂ ਫੈਬਰੀ ਦੇ ਵਿੱਚ ਅਨਾਊਂਸ ਹੋਣਗੀਆਂ ਜੀ। ਹਾਂਜੀ, ਫੈਬਰੀ ਦੇ ਵਿੱਚ ਆਪਣੇ ਜੋ ਈਮੇਲ ਰਾਹੀਂ ਉਹ ਕਮਿਊਨਿਟੀ ਐਸੋਸੀਏਸ਼ਨ ਨੂੰ ਦੱਸਿਆ ਜਾਵੇਗਾ ਕਿ ਉਹ ਜੇਤੂ ਹੋਣਗੇ। ਸੋ ਥੋੜੇ ਚਿਰ ਚ ਹੀ ਪਤਾ ਲੱਗ ਜਾਣਾ ਹੈਗਾ, ਤੇ ਕਿੰਨੀ ਖੁਸ਼ਖਬਰੀ ਦੀ ਗੱਲ ਹੋਵੇਗੀ ਉਹਨਾਂ ਲਈ ਜਦੋਂ ਉਹਨਾਂ ਨੂੰ ਪਤਾ ਲੱਗਣਾ ਕਿ $10,000 ਆ ਰਿਹਾ, ਕਿਉਂਕਿ ਜਿਹੜੇ ਹਾਕੀ ਐਸੋਸੀਏਸ਼ਨਸ ਵੀ ਹਨ ਉਹਨਾਂ ਨੂੰ ਵੀ ਟੀਮਾਂ ਨੂੰ ਵਰਦੀਆਂ ਦੇਣੀਆਂ, ਜਾਂ ਕਈ ਵਾਰੀ ਉਹ ਕਈ ਚੀਜ਼ਾਂ ਕਰਦੇ ਆ ਫੰਡ ਰੇਜ਼ਿੰਗ ਕਰਨ ਵਾਸਤੇ। ਕਿਸੇ ਨੇ ਕੋਈ ਬੇਕਿੰਗ ਕਰ ਲਈ ਤੇ ਉਹ ਵੇਚ ਲਈ, ਜਾਂ ਉਹਨਾਂ ਨੂੰ ਬੋਟਲ ਡਿਪੋ ਵਾਸਤੇ ਉਹ ਇਕੱਠੇ ਕਰਦੇ ਆ ਤਾਂ ਕਿ ਇੱਦਾਂ। ਸੋ ਬਹੁਤ ਹੀ ਜ਼ਿਆਦਾ ਇਹ ਮਾਇਨੇ ਰੱਖੇਗੀ ਗੱਲ ਜਿਹੜੀ ਵੀ ਕਮਿਊਨਿਟੀ ਐਸੋਸੀਏਸ਼ਨ ਜੇਤੂ ਹੋਣਗੀਆਂ। ਸੋ ਮਿਸਟਰ ਸਿੰਘ, ਬਹੁਤ ਵਧੀਆ ਅੱਜ ਇਨਫੋਰਮੇਸ਼ਨ ਦਿੱਤੀ ਹੈ ਤੁਸੀਂ, ਪਰ ਜਾਂਦੇ ਜਾਂਦੇ ਸਾਨੂੰ ਇੱਕ ਵਾਰ ਆਪਣੇ ਅੰਦਾਜ਼ ਦੇ ਵਿੱਚ ਜਿਹੜਾ ਹੈ ਸਾਰਿਆਂ ਨੂੰ ਅਪੀਲ ਕਰੋ ਕਿ ਜੇ ਤੁਸੀਂ ਆਪਣਾ ਨਾਂ ਰਜਿਸਟਰ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹਾਂ, ਸੋ ਆਪਣੇ ਅੰਦਾਜ਼ ਦੇ ਵਿੱਚ ਇੱਕ ਵਾਰ ਜ਼ਰੂਰ ਮੈਸੇਜ ਦਿਓ। ਹਾਂਜੀ, ਜ਼ਰੂਰ, ਸਾਰਿਆਂ ਨੂੰ ਬੇਨਤੀ ਹੈ ਕਿ krugerbigassist.ca ਪ੍ਰੋਗਰਾਮ ਤੇ ਜਾ ਕੇ ਤੁਸੀਂ ਆਪਣੀ ਟੀਮ ਮਾਈਨਰ ਹਾਕੀ ਐਸੋਸੀਏਸ਼ਨ ਨੂੰ ਕੰਟੈਸਟ ਦੇ ਵਿੱਚ ਭਰਤੀ ਕਰ ਸਕਦੇ ਹਾਂ ਤੇ ਤੁਸੀਂ ਜੇਤੂ ਬਣ ਸਕਦੇ ਹਾਂ, ਜੋ $1,50,000 ਕਰੂਗਰ ਬਿਗ ਅਸਿਸਟ ਵਾਲੇ ਦਾਨ ਕਰ ਰਹੇ ਹਨ। $10,000 ਮਿਲ ਸਕਦਾ ਇਕੱਲੇ ਇਕੱਲੇ ਮਾਈਨਰ ਹਾਕੀ ਐਸੋਸੀਏਸ਼ਨ ਨੂੰ। ਸੋ ਮਾਰਿਆ ਸ਼ਾਟ, ਕੀਤਾ ਗੋਲ, ਚੱਕਦੇ ਫੱਟੇ, ਜ਼ਰੂਰ ਪ੍ਰੋਗਰਾਮ ਦੇ ਵਿੱਚ ਹਿੱਸਾ ਲਓ। ਥੈਂਕ ਯੂ ਸੋ ਮੱਚ ਐਂਡ ਕੀਪ ਅਪ ਦ ਗੁੱਡ ਵਰਕ। ਬਹੁਤ ਮਿਹਰਬਾਨੀ ਜੀ, ਧੰਨਵਾਦ। ਧੰਨਵਾਦ ਜੀ। ਸੋ ਖੇਡਾਂ ਸੱਚੀ ਮੁੱਚੀ ਜ਼ਿੰਦਗੀ ਦੇ ਵਿੱਚ ਅਹਿਮ ਸਥਾਨ ਰੱਖਦੀਆਂ ਨੇ। ਜੇ ਬੱਚੇ ਖੇਡਾਂ ਦੇ ਵਿੱਚ ਇੰਟਰਸਟ ਲੈ ਰਹੇ ਨੇ, ਖਾਸ ਕਰਕੇ ਆਈਸ ਹਾਕੀ ਦੇ ਵਿੱਚ, ਤਾਂ ਤੁਹਾਡੀ ਔਰਗੇਨਾਈਜੇਸ਼ਨ ਹੁਣ ਕੋਵਿਡ ਤੋਂ ਪੀੜਿਤ ਹੈ ਅਤੇ ਪਰ ਚਾਹੁੰਦੀ ਹੈ ਕਿ ਬੱਚੇ ਅੱਗੇ ਵਧਣ, ਤਾਂ ਤੁਸੀਂ ਇਸ ਦੇ ਵਿੱਚ ਰਜਿਸਟਰ ਹੋ ਸਕਦੇ ਆ। ਰਜਿਸਟਰ ਕਰਨ ਦੇ ਲਈ krugerbigassist.ca 'ਤੇ ਜਾਇਆ ਜਾ ਸਕਦਾ, ਪਰ ਤੁਹਾਨੂੰ ਇਸ ਲਈ ਜਲਦੀ ਕਰਨੀ ਪੈਣੀ ਹੈ। ਦ ਡੈਡਲਾਈਨ ਇਜ਼ January 31st, 2022। ਸੋ January 31 ਤੱਕ ਤੁਸੀਂ ਆਪਣੀ ਰਜਿਸਟ੍ਰੇਸ਼ਨਸ ਭੇਜ ਸਕਦੇ ਆ ਅਤੇ ਅਸੀਂ ਇਨਫੋਰਮੇਸ਼ਨ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਾਉਂਦੇ ਰਹਾਂਗੇ। ਦੇਖਦੇ ਰਹੋ ਸਾਂਝਾ ਟੀਵੀ ਅਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। At Kruger, we understand the power of assists. We wondered if kids do too. An assist is... You pass the puck to a player who then scores a goal. And it's also kind of like helping people. It's sort of like a sacrifice. It feels good. You want to do it again and again to be better in the world. When our families and communities need it, the Kruger Big Assist helps keep our kids on the ice. You can't have hockey without assists. Nominate your hockey association at krugerbigassist.ca. Subscribe our channel and press the bell icon ताकि कोई भी नवी अपडेट तुसे बिल्कुल भी मिस ना करो।